ਸਤਿ ਸ਼੍ਰੀ ਅਕਾਲ ਦੋਸਤੋ, ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ। ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਪ੍ਰਾਈਮ ਟਾਈਮ ਦੋਸਤੋ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। LPG ਪ੍ਰਾਈਸ ਹਾਈਕ ਤੋਂ ਲੈ ਕੇ ਸ਼ੁਰੂਆਤ ਕਰਦੇ ਹਾਂ। ਸਤੰਬਰ ਦੇ ਪਹਿਲੇ ਦਿਨ ਮੰਗਿਆਈ ਦਾ ਝਟਕਾ। LPG ਸਿਲੰਡਰ ਦੀਆਂ ਕੀਮਤਾਂ ਵਧੀਆਂ। ਪੰਜਾਬ ਦੇ ਵਿੱਚ 3 ਰੁਪਏ ਦਾ ਮਿਲੇਗਾ ਸਿਲੰਡਰ, 139 ਰੁਪਏ ਦਾ ਵਾਧਾ ਹੋ ਚੁੱਕਾ ਹੈ ਨਵੇਂ ਮਹੀਨੇ ਦੀ ਸ਼ੁਰੂਆਤ ਦੇ ਵਿੱਚ। ਆਮ ਲੋਕਾਂ ਨੂੰ ਵੱਡਾ ਝਟਕਾ ਲੱਗ ਗਿਆ ਜੀ। ਤੇਲ ਕੰਪਨੀਆਂ ਨੇ LPG ਸਿਲੰਡਰ ਦੀਆਂ ਕੀਮਤਾਂ ਵਧਾ ਦਿੱਤੀਆਂ ਨੇ। ਕਮਰਸ਼ੀਅਲ 19 ਕਿਲੋ ਦੇ LPG ਸਿਲੰਡਰ ਦੀ ਕੀਮਤ ਵਿੱਚ 39 ਰੁਪਏ ਦਾ ਵਾਅਦਾ ਕੀਤਾ ਗਿਆ ਜੀ। 14 ਕਿਲੋ ਦੇ ਘਰੇਲੂ ਗੈਸ ਸਿਲੰਡਰ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਪੰਜਾਬ ਦੇ ਵਿੱਚ ਕਮਰਸ਼ੀਅਲ LPG ਸਿਲੰਡਰ ਦੀ ਕੀਮਤ ਹੁਣ 1,797 ਰੁਪਏ ਮਿਲੇਗੀ। ਦਿੱਲੀ ਦੇ ਵਿੱਚ 19 ਕਿਲੋ ਦੇ LPG ਸਿਲੰਡਰ ਗੈਸ ਦੀ ਕੀਮਤ 1,691 ਰੁਪਏ 50 ਪੈਸੇ ਹੋ ਗਈ ਹੈ। ਵੱਡੀ ਅਪਡੇਟ ਹੈ ਜੀ, ਸਿੱਧੂ ਮੂਸੇਵਾਲੇ ਦੇ ਪਿਤਾ ਦੀ ਸੁਰੱਖਿਆ 'ਚ ਤਨਾਇਤ ਗੰਨਮੈਨਾਂ ਦੇ ਵਿੱਚ ਹੋਈ ਝੜਪ। ਸੋ ਤਨਾਇਤ ਗੰਨਮੈਨਾਂ ਦਰਮਿਆਨ ਦੇਰ ਰਾਤ ਖੂਨੀ ਤਕਰਾਰ, ਖੂਨੀ ਝੜਪ ਦੇ ਵਿੱਚ ਬਦਲ ਗਿਆ ਗੰਨਮੈਨ ਗੁਰਦੀਪ ਸਿੰਘ, ਜ਼ਖਮੀ ਹੋ ਗਿਆ, ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਉਸਦੇ ਪਿਤਾ ਬਲਕੌਰ ਸਿੰਘ ਨੂੰ ਧਮਕੀਆਂ ਮਿਲ ਰਹੀਆਂ ਸੀ, ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸੁਰੱਖਿਆ ਮੁਹੱਈਆ ਕਰਵਾਈ ਹੈ। ਕਮਾਂਡੋ ਦੇ ਅੱਧੀ ਦਰਜਨ ਤੋਂ ਵੱਧ ਜਵਾਨ ਤਨਾਇਤ ਹਨ। ਇਹਨਾਂ ਵਿੱਚੋਂ ਕਈ ਗੰਨਮੈਨ ਰਾਤ ਨੂੰ ਸਿੱਧੂ ਮੂਸੇਵਾਲਾ ਦੀ ਹਵੇਲੀ ਵਿੱਚ ਤਨਾਇਤ ਰਹਿੰਦੇ ਨੇ। ਜਾਣਕਾਰੀ ਮੁਤਾਬਕ ਬੀਤੀ ਰਾਤ ਗੰਨਮੈਨਾਂ ਵਿੱਚ ਡਿਊਟੀ ਨੂੰ ਲੈ ਕੇ ਤਕਰਾਰ ਹੋ ਗਿਆ। ਮਾਮਲਾ ਹੱਥੋਂ ਪਾਈ ਤੱਕ ਗਿਆ। ਤੇਜ਼ ਹਥਿਆਰਾਂ ਨੂੰ ਲੈ ਕੇ ਇੱਕ ਦੂਜੇ 'ਤੇ ਹਮਲਾ ਕਰ ਦਿੱਤਾ। ਗੰਨਮੈਨ ਗੁਰਦੀਪ ਸਿੰਘ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਉਸਦੇ ਸਿਰ ਵਿੱਚ ਕਈ ਟਾਂਕੇ ਲੱਗੇ ਨੇ। SHO ਗੁਰਬੀਰ ਸਿੰਘ ਨੇ ਹਸਪਤਾਲ ਪਹੁੰਚ ਕੇ ਉਸ ਤੋਂ ਘਟਨਾ ਬਾਰੇ ਜਾਣਕਾਰੀ ਲਈ ਹੈ। ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ। ਅਗਲੇ 2 ਦਿਨਾਂ ਵਿੱਚ ਕਿਵੇਂ ਦਾ ਰਹੇਗਾ ਮੌਸਮ, ਜਾਣਨ ਦੇ ਲਈ ਚੈਨਲ 'ਤੇ ਭਾਈ ਸ਼ਾਰਟ ਵੀਡੀਓ ਚੈੱਕ ਕਰ ਸਕਦੇ ਹੋ। ਬਾਬਾ ਵੇਗਾ ਪ੍ਰੈਡਿਕਸ਼ਨ ਲੈ ਕੇ ਧਰਤੀ 'ਤੇ ਹੋ ਜਾਏਗੀ ਤਬਾਹੀ, ਮੰਗਲ 'ਤੇ ਹੋਏਗਾ ਯੁੱਧ। ਬਾਬਾ ਵੇਗਾ ਦੀਆਂ ਡਰਾਉਣੀਆਂ ਭਵਿੱਖਬਾਣੀਆਂ ਤੁਹਾਡੇ ਨਾਲ ਕਰਾਂਗੇ ਸਾਂਝੀਆਂ, ਪਰ ਉਸ ਤੋਂ ਪਹਿਲਾਂ ਨਿੱਕੀ ਜਿਹੀ ਬੇਨਤੀ ਆ, ਵੀਡੀਓ ਨੂੰ ਲਾਈਕ, ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ। ਸੋ ਜੇਕਰ ਬਾਬਾ ਵੇਗਾ ਦੀਆਂ ਅਜਿਹੀਆਂ ਭਵਿੱਖਬਾਣੀਆਂ ਸੱਚ ਹੋ ਗਈਆਂ ਤਾਂ ਕਈ ਦਹਾਕੇ ਪਹਿਲਾਂ ਬਾਬਾ ਵੇਗਾ ਨੇ ਕੀਤੀਆਂ ਸਨ, ਜਿਨ੍ਹਾਂ ਦੇ ਆਉਣ ਵਾਲੇ ਸਮੇਂ ਵਿੱਚ ਨਤੀਜੇ ਵੇਖਣ ਨੂੰ ਮਿਲੇ ਹਨ। ਇਹਨਾਂ 'ਤੇ ਲੋਕ ਵਿਸ਼ਵਾਸ ਕਰਦੇ ਨੇ। ਦੱਸਦੀ ਹੈ ਕਿ ਵੈਂਜਲਿਆ ਪਾਂਡਵੇ ਕੁਸ਼ਤੇ ਵੇਖ ਬਾਬਾ ਵੇਗਾ ਵਜੋਂ ਜਾਣਿਆ ਜਾਂਦਾ ਅੰਨਾ ਬਲਗੇਰੀਅਨ ਪੈਗੰਬਰ ਸੀ, ਜਿਸ ਦੀ 1996 ਵਿੱਚ 85 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਮਰਾਕਾ ਦੇ .com ਦੇ ਅਨੁਸਾਰ ਉਹਨਾਂ ਦੀਆਂ ਮੁੱਖ ਭਵਿੱਖਬਾਣੀਆਂ ਵਿੱਚੋਂ ਇੱਕ ਸੀ 11 ਸਤੰਬਰ 2001 ਨੂੰ ਨਿਊਯਾਰਕ ਟਵਿਨ ਟਾਵਰ ਉੱਤੇ ਹੋਇਆ ਹਮਲਾ। ਸੋ ਉਸ ਤੋਂ ਇਲਾਵਾ ਉਸਨੇ ਬਹੁਤ ਸਾਰੀਆਂ ਭਵਿੱਖਬਾਣੀਆਂ ਕੀਤੀਆਂ ਨੇ ਜਿਹੜਾ ਚੱਲ ਰਹੀਆਂ ਹਨ। ਅਗਲੀ ਅਪਡੇਟ ਆ, ਸਤੰਬਰ ਦਾ ਪਹਿਲਾ ਦਿਨ ਕਿਸ ਲਈ ਰਹੇਗਾ ਵਧੀਆ ਅਤੇ ਬਾਕੀ ਰਾਸ਼ੀਆਂ ਦਾ ਹਾਲ ਜਾਣਨ ਲਈ ਚੈਨਲ 'ਤੇ ਭਾਈ ਸ਼ਾਰਟ ਵੀਡੀਓ ਚੈੱਕ ਕਰ ਸਕਦੇ ਹੋ। ਹਾਈਵੇ ਤੋਂ ਲੰਘਣ ਵਾਲੇ ਸਾਵਧਾਨ, ਲੱਗੀ ਆਧੁਨਿਕ ਮਸ਼ੀਨ, ਲੋੜੀਂਦੇ ਕਾਗਜ਼ਾਤ ਨਾ ਹੋਣ 'ਤੇ ਜੇਕਰ ਤੁਸੀਂ ਹਾਈਵੇ ਤੋਂ ਲੰਘ ਰਹੇ ਹੋ ਤਾਂ ਗੱਲ ਧਿਆਨ ਦੇ ਵਿੱਚ ਰੱਖੋ। ਵਾਹਨਾਂ 'ਤੇ ਫਿਟਨੈਸ ਬੀਮਾ, ਟੈਕਸ ਅਤੇ ਪ੍ਰਦੂਸ਼ਣ ਦੇ ਸਮੇਤ ਸਾਰੇ ਦਸਤਾਵੇਜ਼ ਆਪਣੇ ਕੋਲ ਰੱਖੋ, ਨਹੀਂ ਤਾਂ ਤੁਹਾਨੂੰ ਭਾਰੀ ਜੁਰਮਾਨਾ ਭਰਨਾ ਪੈ ਸਕਦਾ। ਤੁਸੀਂ ਇਹ ਸਮਝਣ ਦੀ ਗਲਤੀ ਬਿਲਕੁਲ ਵੀ ਨਾ ਕਰੋ ਕਿ ਕੋਈ ਨਹੀਂ ਚੈੱਕ ਕਰੇਗਾ, ਸੋ ਤੁਹਾਨੂੰ ਜੁਰਮਾਨੇ ਤੋਂ ਛੁਟਕਾਰਾ ਮਿਲ ਜਾਵੇਗਾ। ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਤੁਹਾਡੇ ਵਾਹਨ ਦੇ ਦਸਤਾਵੇਜ਼ਾਂ ਦੀ ਚੈਕਿੰਗ ਨਹੀਂ ਕਰ ਰਹੇ, ਪਰ ਵਿਭਾਗ ਦੀ NHA 'ਤੇ ਤੀਜੀ ਅੱਖ ਵਜੋਂ ਇੱਕ ਆਧੁਨਿਕ ਮਸ਼ੀਨ ਲਾ ਦਿੱਤੀ ਹੈ, ਜਿਸ ਮਸ਼ੀਨ ਦੀ ਨਜ਼ਰ ਤੋਂ ਕਿਸੇ ਵੀ ਵਾਹਨ ਦਾ ਬਚਣਾ ਮੁਸ਼ਕਲ ਹੈ। ਇਸ ਦਾ ਮਤਲਬ ਇਹ ਹੈ ਕਿ ਜਿਹੜੇ ਵੀ ਵਾਹਨਾਂ ਕੋਲ ਦਸਤਾਵੇਜ਼ਾਂ ਦੀ ਕਮੀ ਹੋਵੇਗੀ ਉਹਨਾਂ ਦੇ ਉੱਪਰ ਜੁਰਮਾਨਾ ਲੱਗ ਜਾਵੇਗਾ।
ਅਗਲੀ ਅਪਡੇਟ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਕੋਲਕਾਤਾ ਮਾਮਲਾ ਦਾ ਮੁੱਖ ਦੋਸ਼ੀ ਸੰਜੇ ਰਾਏ ਕਰ ਰਿਹਾ ਵੱਡੀਆਂ ਮੰਗਾਂ। ਕੋਲਕਾਤਾ ਦੇ RGR ਕਾਲਜ ਦੇ ਹਸਪਤਾਲ ਵਿੱਚ ਇੱਕ ਸਿੱਖਿਆਰਥੀ ਡਾਕਟਰ ਦੇ ਬਲਾਤਕਾਰ ਅਤੇ ਬੇਰਹਿਮੀ ਕਤਲ ਮਾਮਲੇ ਵਿੱਚ ਮੁੱਖ ਦੋਸ਼ੀ ਸੰਜੇ ਰਾਏ ਇਸ ਸਮੇਂ ਕੋਲਕਾਤਾ ਦੇ ਪ੍ਰੈਜ਼ੀਡੈਂਸੀ ਸੁਧਾਰ ਘਰ ਵਿੱਚ ਬੰਦ ਹੈ, ਜੇਲ੍ਹ ਦੇ ਵਿੱਚ। ਹੋਰ ਕੈਦੀਆਂ ਵਾਂਗ ਉਸਨੂੰ ਰੋਟੀ ਅਤੇ ਸਬਜ਼ੀ ਦਿੱਤੀ ਗਈ, ਜਿਸ ਨੇ ਉਸਨੂੰ ਖਾਣ ਤੋਂ ਇਨਕਾਰ ਕਰ ਦਿੱਤਾ। ਉਸ ਜੇਲ੍ਹ ਸਟਾਫ ਨੂੰ ਕਿਹਾ ਕਿ ਉਹ ਰੋਟੀ ਅਤੇ ਸਬਜ਼ੀ ਦੀ ਬਜਾਏ ਅੰਡਾ ਅਤੇ ਚਾਓਮੀਨ ਚਾਹੁੰਦਾ ਹੈ। ਉਸਨੇ ਇਹ ਵੀ ਕਿਹਾ ਉਸਨੂੰ ਜੇਲ੍ਹ ਦਾ ਖਾਣਾ ਪਸੰਦ ਨਹੀਂ ਆ ਰਿਹਾ। ਇਸ ਤਰ੍ਹਾਂ ਦਾ ਵਿਹਾਰ ਦੇਖਦਿਆਂ ਸਪਸ਼ਟ ਹੋ ਜਾਂਦਾ ਕਿ ਉਸਨੂੰ ਆਪੇ ਨੇ ਕੀਤੇ ਘਿਨਾਉਣੇ ਅਪਰਾਧਾਂ ਲਈ ਕੋਈ ਸ਼ਰਮ ਨਹੀਂ ਹੈ, ਉਸਨੂੰ ਆਪਣੇ ਕੀਤੇ ਗਏ ਅਪਰਾਧਾਂ ਦੀ ਤੀਬਰਤਾ ਦਾ ਅਹਿਸਾਸ ਨਹੀਂ ਹੈ। ਗਰਮੀ ਦੇ ਨਾਲ ਸੜ ਰਿਹਾ ਦੇਸ਼ ਪਾਰਾ ਪਹੁੰਚਿਆ 82 ਡਿਗਰੀ ਤੋਂ ਪਾਰ, ਟੁੱਟੇ ਸਾਰੇ ਰਿਕਾਰਡ। ਜੇਕਰ ਪੁਸ਼ਟੀ ਹੋ ਜਾਂਦੀ ਤਾਂ ਇਹ ਧਰਤੀ ਦੇ ਰਿਕਾਰਡ ਕੀਤਾ ਗਿਆ ਸਭ ਤੋਂ ਉੱਚਾ ਹੀਟ ਇੰਡੈਕਸ ਹੋਵੇਗਾ। ਦੇਸ਼ ਦੇ ਕਈ ਹਿੱਸਿਆਂ ਵਿੱਚ ਮਈ ਜੂਨ ਵਿੱਚ ਤਾਪਮਾਨ 45 ਡਿਗਰੀ ਤੋਂ ਉੱਪਰ ਚਲਾ ਜਾਂਦਾ ਤਾਂ ਹੀਟ ਇੰਡੈਕਸ ਵੀ 50 ਤੋਂ ਪਾਰ ਚਲਾ ਜਾਂਦਾ, ਜਿਸ ਕਰਕੇ ਅੱਤ ਦੀ ਗਰਮੀ ਮਹਿਸੂਸ ਹੁੰਦੀ ਹੈ। ਪਰ ਜੇਕਰ ਕਿਸੇ ਥਾਂ 'ਤੇ ਗਰਮੀ ਦਾ ਸੂਚਕ ਅੰਸ਼ 82 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਤਾਂ ਆਸਾਨੀ ਨਾਲ ਅੰਦਾਜ਼ਾ ਲਾਇਆ ਜਾ ਸਕਦਾ ਕਿ ਹਾਲਾਤ ਕੀ ਹੋਣਗੇ। ਦੱਖਣੀ ਈਰਾਨ ਵਿੱਚ ਇੱਕ ਮੌਸਮ ਸਟੇਸ਼ਨ ਨੇ 180 ਡਿਗਰੀ ਫਾਰਨਹਾਈਟ 'ਤੇ ਗਰਮੀ ਸੂਚਕ ਅੰਕ ਦਰਜ ਕੀਤਾ ਹੈ। ਅਗਲੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਗੂਗਲ ਨੇ 6 ਵੱਡੇ ਬਦਲਾਅ ਕਰ ਦਿੱਤੇ ਨੇ। ਪੇਟੀਐਮ ਪੇਮੈਂਟ ਕਰਨ ਦਾ ਤਰੀਕਾ ਵੀ ਬਦਲ ਦਿੱਤਾ ਹੈ। ਗਲੋਬਲ ਫਿਨਟੈਕ ਫੈਸਟ 2024 ਵਿੱਚ ਗੂਗਲ ਨੇ UPI ਸਰਕਲ, UPI ਵਾਊਚਰ ਅਤੇ ਕਲਿੱਕ ਪੇ QR ਆਦਿ ਸਮੇਤ ਕਈ ਵਿਸ਼ੇਸ਼ਤਾਵਾਂ ਦੀ ਘੋਸ਼ਣਾ ਕੀਤੀ। ਸਾਲ ਦੇ ਅੰਤ ਵਿੱਚ ਲਾਂਚ ਹੋਣਗੀਆਂ। ਅਗਲੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਖੌਫਨਾਕ ਸ਼ੌਕਿੰਗ ਨਿਊਜ਼ ਦਾ, ਪਤਨੀ ਨੂੰ ਪਹਿਲਾਂ ਦਿੱਤਾ ਡਰੱਗ, ਫਿਰ 72 ਵਿਅਕਤੀਆਂ ਨੇ 90-92 ਵਾਰ ਕੀਤਾ ਰੇਪ। ਰੂਹ ਕਮਾਊ ਮਾਮਲਾ ਆਇਆ ਸਾਹਮਣੇ। ਕੁਝ ਅਜਿਹੇ ਜੁਰਮ ਅਜਿਹੇ ਵੀ ਹੁੰਦੇ ਨੇ ਜਿਨ੍ਹਾਂ ਬਾਰੇ ਸੁਣ ਕੇ ਰੂਹ ਕੰਬ ਜਾਂਦੀ। ਅਜਿਹਾ ਮਾਮਲਾ ਫਰਾਂਸ ਤੋਂ ਸਾਹਮਣੇ ਆਇਆ, ਜਿੱਥੇ ਇੱਕ ਵਿਅਕਤੀ ਨੇ ਆਪਣੀ ਪਤਨੀ ਨੂੰ ਬੇਹੋਸ਼ ਕਰਨ ਲਈ ਕਈ ਹੋਰ ਲੋਕਾਂ ਦੁਆਰਾ ਉਸਦਾ ਬਲਾਤਕਾਰ ਦਾ ਦੋਸ਼ ਹੈ। 71 ਸਾਲਾ ਫਰਾਂਸੀਸੀ ਨਾਗਰਿਕ ਡੋਮਪਿਕ ਪੀ ਦੇ ਖਿਲਾਫ਼ ਅਫਗਨ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ। ਡੋਮਨਿਕ ਪੀ ਨੇ ਆਪਣੀ ਪਤਨੀ ਨੂੰ ਨਸ਼ੀਲੇ ਪਦਾਰਥ ਦੇਣ ਅਤੇ ਉਸ ਨਾਲ ਬਲਾਤਕਾਰ ਕਰਨ ਲਈ ਦਰਜਨਾਂ ਜ਼ਨਮੀਆਂ ਨੂੰ ਆਨਲਾਈਨ ਬੁਲਾ ਕੇ ਅਜਿਹਾ ਕਰਵਾਉਣ ਦਾ ਦੋਸ਼ ਹੈ। ਦੇਸ਼ ਨੂੰ ਹੈਰਾਨ ਕਰਨ ਵਾਲੇ ਇਸ ਕੇਸ ਦੇ ਵਿੱਚ ਕਰੀਬ ਇੱਕ ਦਹਾਕੇ ਤੱਕ ਲਗਾਤਾਰ ਜਿਣਸੀ ਸ਼ੋਸ਼ਣ ਦਾ ਮਾਮਲਾ ਹੈ। ਡੋਮਨਿਕ ਪੀ ਦੇ ਨਾਲ 50 ਹੋਰ ਲੋਕਾਂ 'ਤੇ ਵੀ ਅਪਰਾਧਾਂ ਵਿੱਚ ਸ਼ਾਮਲ ਹੋਣ ਲਈ ਮੁਕੱਦਮਾ ਚਲਾਇਆ ਗਿਆ ਹੈ। ਅਗਲੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਐਕਸਪ੍ਰੈਸ ਵੇ ਵਿੱਚ ਆਏ 250 ਸਾਲ ਪੁਰਾਣੇ ਬੋਰਡ ਨੂੰ ਬਚਾਉਣ ਲਈ ਚੱਲ ਰਹੀ ਹੈ ਜੰਗ। ਵਾਤਾਵਰਨ ਪ੍ਰੇਮੀਆਂ ਨੇ ਰੁੱਖ ਬਚਾਉਣ ਲਈ ਵਿੱਢੀ ਮੁਹਿੰਮ। ਸੂਬੇ ਦੇ ਵਿੱਚ ਸੜਕਾਂ ਦਾ ਜਾਲ ਵਿਛਾਉਣ ਲਈ ਹਜ਼ਾਰਾਂ ਰੁੱਖਾਂ ਨੂੰ ਵਿਕਾਸ ਦੀ ਬਲੀ 'ਤੇ ਚੜਾ ਕੇ ਵਾਤਾਵਰਨ ਨਾਲ ਸ਼ਰੇਆਮ ਖਿਲਵਾੜ ਹੋ ਰਿਹਾ। ਨਕੋਦਰ ਹਲਕੇ ਦੇ ਪਿੰਡ ਸਹਿਮ ਦੇ ਕਿਸਾਨ ਬਲਵੀਰ ਸਿੰਘ ਵਾਤਾਵਰਨ ਸੁਰੱਖਿਆ ਲਈ ਤਕਰੀਬਨ 250 ਸਾਲ ਪੁਰਾਣੇ ਰੁੱਖ ਬੋਰਡ ਦੇ ਰੁੱਖ ਨੂੰ ਬਚਾਉਣ ਲਈ 2 ਸਾਲਾਂ ਤੋਂ ਜੰਗ ਲੜ ਰਿਹਾ ਹੈ। ਸਰਕਾਰ ਵੱਲੋਂ ਜ਼ਮੀਨ ਤੋਂ ਇਲਾਵਾ ਰੁੱਖਾਂ ਦੀ ਅਦਾਇਗੀ ਕਰਨ ਦੀ ਪੇਸ਼ਕਸ਼ ਠੁਕਰਾ ਦਿੱਤੀ ਹੈ। ਰੁੱਖ ਬਚਾਉਣ ਲਈ ਚੱਲ ਰਹੇ ਸੰਘਰਸ਼ ਵਿੱਚ ਪਿੰਡ ਵਾਸੀਆਂ ਤੋਂ ਇਲਾਵਾ ਵਾਤਾਵਰਨ ਪੱਖੀ ਸਮਾਜ ਸੇਵੀ ਸੰਗਠਨ ਵੀ ਉੱਤਰ ਆਏ ਹਨ। ਹਾਲਾਂਕਿ ਇਸ ਬੋਰਡ ਦੇ ਦਰਖਤ ਨੇੜੇ ਹੀ ਪੀਰਾਂ ਦੀਆਂ ਮਜ਼ਾਰਾਂ ਹਨ, ਜਿੱਥੇ ਧਾਰਮਿਕ ਮੇਲੇ ਵੀ ਲੱਗਦੇ ਹਨ। ਤੜਕੇ ਅਤੇ ਰਾਤ ਵੇਲੇ ਘਰੋਂ ਨਿਕਲਣਾ ਹੋਇਆ ਮੁਸ਼ਕਲ। ਲੋਕਾਂ ਦੇ ਵਿੱਚ ਦਹਿਸ਼ਤ, ਸਟੇਡੀਅਮ ਜਾਂਦੇ ਲੜਕਿਆਂ ਨੂੰ ਬਾਈਕ ਸਵਾਰਾਂ ਨੇ ਲੁੱਟਿਆ।
ਜਿਸ ਤਰ੍ਹਾਂ ਸ਼ਹਿਰ ਦੇ ਵਿੱਚ ਦਿਨੋਂ ਦਿਨ ਲੁੱਟ ਖੋਹ ਦੀਆਂ ਵਾਰਦਾਤਾਂ ਵੱਧ ਰਹੀਆਂ ਨੇ, ਉਸ ਨਾਲ ਸ਼ਹਿਰ ਵਾਸੀਆਂ ਨੂੰ ਪੂਰੀ ਤਰ੍ਹਾਂ ਦਹਿਸ਼ਤ ਫੈਲੀ ਹੋਈ ਆ। ਤੜਕੇ ਦੇ ਰਾਤ ਵੇਲੇ ਬਾਹਰ ਨਿਕਲਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਕੋਈ ਦਿਨ ਅਜਿਹਾ ਨਹੀਂ ਜਾਂਦਾ ਜਿਸ ਦਿਨ ਲੁਟੇਰੇ ਕਿਸੇ ਵਾਰਦਾਤ ਨੂੰ ਅੰਜਾਮ ਨਾ ਦਿੰਦੇ ਹੋਣ। ਪੁਲਿਸ ਵੀ ਇਹਨਾਂ ਲੁਟੇਰਿਆਂ ਨੂੰ ਲਗਾਮ ਕੱਸਣ ਵਿੱਚ ਅਸਫਲ ਸਾਬਤ ਹੋ ਰਹੀ ਹੈ। ਬੀਤੀ ਰਾਤ ਦਮੋਰੀਆ ਪੁਲ 'ਤੇ ਲੁੱਟ ਦੀਆਂ 2 ਵਾਰਦਾਤਾਂ ਵਾਪਰੀਆਂ ਜਿਸ ਬਾਰੇ ਪੁਲਿਸ ਨੂੰ ਕੋਈ ਪਤਾ ਨਹੀਂ ਲਾ ਸਕੀ। ਤਛਨੇਚਰਵਾਦ ਤੜਕੇ ਉਸ ਵੇਲੇ ਇੱਕ ਨੌਜਵਾਨ ਨੂੰ ਬਾਈਕ ਸਵਾਰ 3 ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਲੁੱਟ ਲਿਆ। ਪੰਜਾਬ ਦੇ ਵਿੱਚ ਇੱਕ ਅਜਿਹੀ ਕਬਰ ਜਿਸ 'ਤੇ ਲੋਕ ਚੱਪਲਾਂ ਮਾਰਨ ਆਉਂਦੇ ਨੇ, ਸੋ ਇਹ ਵੀ ਵੱਡੀ ਅਪਡੇਟ ਹੈ। ਪਾਪੀ ਨੂਰਦੀਨ ਦੀ ਅਜਿਹੀ ਕਬਰ ਹੈ ਜਿਸ ਦੇ ਵਿੱਚ ਲੋਕ ਸਿੱਖ ਧਰਮ ਦੇ ਕੁਝ ਲੋਕ ਮੌਜੂਦ ਨੇ ਜੋ ਕਬਰ 'ਤੇ ਜੁੱਤੀਆਂ ਅਤੇ ਚੱਪਲਾਂ ਮਾਰ ਰਹੇ ਹਨ। ਬੱਚਿਆਂ ਤੋਂ ਲੈ ਕੇ ਬੁੱਢੇ ਹਰ ਕੋਈ ਉਸ ਕਬਰ ਨੂੰ ਮਾਰ ਰਿਹਾ ਅਤੇ ਕੋਈ ਵੀ ਵਿਅਕਤੀ ਉਸਨੂੰ ਫੁੱਲ ਨਹੀਂ ਚੜਾ ਰਿਹਾ। ਸੋ ਅਜਿਹਾ ਕਿਉਂ ਕੀਤਾ ਜਾਂਦਾ ਹੈ? ਜਾਣਨ ਦੇ ਲਈ ਚੈਨਲ 'ਤੇ ਭਾਈ ਸ਼ਾਰਟ ਵੀਡੀਓ ਨੂੰ ਚੈੱਕ ਕਰ ਸਕਦੇ ਹੋ। ਕਿਸਾਨ ਅੰਦੋਲਨ ਦੇ 200 ਦਿਨ ਪੂਰੇ ਹੋਣ 'ਤੇ ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਹੋਇਆ ਵੱਡਾ ਇਕੱਠ।